Kat Brenner to dobre zahure imam iz nas. Bismillahirrahmanirrahim. Allahumma kun li waliyyikal hujjat ibnil hasan. Salawatuka alayhi wa ala abaihi fi hadhihi as-saati wa fi kulli saati. Waliyyan wa hafizan. بقائدا وناصرا ودليلا وعينا حتى تسكنه ورزقا طوعا وتمتعه فيها طويلا يا كاشف الكرب عن وجه الحسين اكشف كربي وكرب المؤمنين بحق اخيك الحسين Ya Yabal Fazl al-Abbas alayhi salam Rabbi salli ala Muhammadin wa ali Muhammad Andhera chashme wafa ko binai dene laga چار سونے جو مصرے ہو عظیم شخصیت سے سامنے عجیب کیفیت اور اقتضادیہ حالانکہ ویکھن واسطے روشنی دی لوڑ ہے اکھ تاویں دی ہے جو روشنی ہوے لیکن میں اکھے اندھیرا روشنی نہیں اندھیرا چشمے حیا کو بینائی دینے لگا کلام حق بھی دلوں کو سنائے دے دل بھائی کریم دی کریمی میں شروع کیتی ہے جڑے ہاتھ خیرات واسطے بلند ہو چکے مالک قبول فرماوے جڑے سوچ رہے ہو بھائی تضادی ہے اندھیرا روشنی والا کام کر رہے ہیں کلام حق کرنا دی بجائے او دل تک پہنچ رہے ہیں ایک کیندی کریمی ہے چوتھی سطر ملازا اندھیرا چشم وفا کو بینائی دینے لگا کلام حق بھی دلوں کو سنائی دینے لگا گل کتھوں دیے حسین حسین آپ کے خیمے سے کوئی کیوں اٹھتا چراغ بجھتے ہی اللہ دکھائی دے چراغ بجھتے ہی اللہ دکھائی دے فارسی میں وچ
مومن دا اتنا لگاؤ ہے کہ ساڈا کوئی دنیا تو ٹرد ہے ایک نویں صفحے دا وچ جاوے خوشی زمین بہانے جویں پھر بادشاہ پڑھدے پئے کہ کوئی نہ کوئی بہانہ کہ ذکر شرکت کرن دا بابا جاری ہو ساری گل ہے مالک نو سلامت رکھے تا اس فرش آزاد دے متعلق ایک بہت خوبصورت کلام میں نے دنت پڑھ رہے ہیں بس وہ سمات فرماؤ چاہتا کہ میری حاضری مالک قبول کرے سن تو سی جیو تو دے بجڑے جیمن اتنا سکون مومن کرسی پہ نہیں جتنا فرش آزاد ہے جو پوری نہ ہوئے تکے فرقے ہم اگر فرشے دھرتی بھی شیخپورا یہ زمین بھی سرکار کمبل صاحب دی ایک نوجوان شہر دے قبلہ دی زمین تے ایک تازی فصل اگائی ہے ذرا غور کرنا ہے وعدے کے فرقے کہ حسنین اکبر لکھن والا وعدہ کھانے کھول کے سونا ہم اگر فرش Glory!
ਬੱਚਿਆਂ ਤੋਂ ਲੈ ਕੇ ਤੇ ਚਿੱਟੀਆਂ ਦਾੜੀਆਂ ਵਾਲਾ ਤੱਕ ਮੁਸ਼ਤਰਕਾ ਜੇ ਸ਼ੇਰ ਹੈ ਕੈਫੀਅਤ ਤੇ ਸ਼ਾਮਿਲ ਹੋ ਬਾਰੇ ਮਾਲਕ ਨੂੰ ਸਲਾਮਤ ਰੱਖੇ ਥੋੜਾ ਜਿਹਾ ਅਕੀਦੇ ਦੀ ਬੁਲੰਦੀ ਹੋਣੀ ਚਾਹੀਦੀ ਹੈ ਔਰ ਸ਼ੁਕਰ ਚ ਆਖਣ ਦੀ ਲੋੜ ਤਾਂ ਨਹੀਂ ਅਕੀਦੇ ਦੀ ਧਰਤੀ ਹੈ ਲੇਕਿਨ ਥੋੜਾ ਹਾਈ ਪ੍ਰੋਫਾਈਲ ਸੀ ਸ਼ੇਰ ਹੈ ਤੇ ਜਿਹੜਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਬਾਸ ਦਫਾ ਥੋੜਾ ਇੱਕ ਗੱਲ ਚੁਗਲਾ ਕਰਨਾ ਪੈਂਦਾ ਹੈ ਜੋ ਅਕੀਦਾ ਜ਼ਰਫ ਅਗਰ ਉਹਦੇ ਵਿੱਚ ਗੁਜਾਇਸ਼ ਨਹੀਂ ਤਾਂ ਸ਼ੇਰ ਸੁਣ ਜਿਹੜਾ ਸਮਝਦਾ ਨਾ ਕਿ ਕਰਬਲਾ ਦਾ ਜ਼ਿਕਰ ਇਤਨਾ ਬਿਆਨ ਹੋ ਚੁੱਕਾ ਹੈ ਕਿ ਸ਼ਾਇਦ ਬਾਤ ਮੁਕੰਮਲ ਹੋ ਗਈ ਤੇ ਨਾਲ ਇਤਰਾਜ਼ ਵੀ ਹੁੰਦਾ ਹੈ ਕਿ ਜ਼ਮੀਨਾਂ ਤਾਂ ਹੋਰ ਵੀ ਹੈ ਮੱਕਾ ਮਦੀਨਾ ਨਜਫ ਸਮਰਾ ਕੁਮ ਮਸ਼ਹਦ ਜ਼ਮੀਨਾਂ ਤਾਂ ਹੋਰ ਵੀ ਹੈ ਲੇਕਿਨ ਕਰਬਲਾ ਦਾ ਜ਼ਿਕਰ ਸਭ ਤੋਂ ਜ਼ਿਆਦਾ ਹੁੰਦਾ ਹੈ ਇਹਦਾ ਮਕਸਦ ਹੈ ਸ਼ਾਇਦ ਕਰਬਲਾ ਦਾ ਜ਼ਿਕਰ ਉਹ ਮੁਕੰਮਲ ਹੋ ਚੁੱਕਾ ਹੈ ਲਓ ਜੀ ਜੰਨਤ ਕੀਮਤੀ ਸ਼ੇਰ ਅਲਬਾ ਵਾਲੇ ਦਾ ਪਾਰਾ ਚਲਾਂਗੇ ਵਾਲੇ ਦੂਸਰਾ ਦੇ ਨਾਜ਼ਰ ਸਮਝ ਕੇ ਕਹਿਣਾ ਤੂੰ ਮੈਗਾ ਸ਼ੇਰ ਆਪਣੇ ਵਕਤ ਨੂੰ ਕਰਨ ਤੱਕ ਤਾਂ ਕਿ ਖਤਮ ਹੋਵੇ ਪੀਰ ਇਕਬਾਲ ਸ਼ਾਹ ਹੋਰਾਂ ਜਿੱਥੇ ਛੋੜਿਆ ਇੱਕ ਮੰਤਰ ਪੜ੍ਹਦੇ ਪਿਆ ਬਜ਼ੁਰਗਾਂ ਦੇ ਬਾਰੇ ਵਖਾ ਦਿਆ ਉੱਥੋਂ ਮੈਂ ਮਜ਼ਮੂਨ ਦਾ ਵਕਤ ਨਹੀਂ ਮਾਤਮੀ ਬੈਠ ਪੜ੍ਹਨ ਵਾਸਤੇ ਮੈਂ ਰੱਬ ਬੁਲਾ ਰਿਹਾ ਪਹਿਲਾ ਮੁਜਾਵਜ਼ੇ ਤੇ ਤ੍ਰੈ ਮਾਰਨਾਂ ਦੇ ਕਾਫਲੇ ਨੂੰ ਦੇਖ ਕੇ ਤੇ ਮਹਾਰੀ ਨੂੰ ਖੜਾ ਦੇ ਜੇ ਤੁਰ ਸਕਦੀ ਹਨ ਤਾਂ ਲਹਾ ਨਹੀਂ ਤਾਂ ਫੱਲਾ ਮਿਲਾ ਜਾਬਰ ਕੁਛ ਬਾਤਾਂ ਕੀਤੀਆਂ ਉਹ ਮੈਂ ਅਗਲੀ ਮੰਜ਼ਰ ਚ ਉਹ ਸਾਹਮਣੇ ਚੁੱਕਿਆ ਹੋਇਆ ਸੀ ਇੱਥੇ ਮੈਂ ਇੰਤਜ਼ਾਰ ਨਹੀਂ ਕਰਾਂਗਾ ਜਾਬਰ ਉਬਾਲੇ ਕਦਮ ਚਾਇਨ ਅਲਮਾ ਵਾਲੇ ਦੀ ਕਬਰ ਤੇ ਪੇਸ਼ਾਨੀ ਕੀਤੀ ਸੀ ਪੁਰਾਣੇ ਬਜ਼ੁਰਗਾਂ ਦਾ ਦੀ ਸਤਰ ਤੇ ਕਬਰ ਚੁੰਮ ਕੇ ਤੇ ਛੱਡਾ ਸਾਹਿਬਰ ਕੀ ਪਿਆ ਦੇ ਫਜ਼ਲ ਦਾ ਬਾਬਾ ਕੀ ਅਜੀਬ ਰੰਗ ਦੇ ਜ਼ਵਾਰ ਆਏ ਖੜੇ ਨੇ ਜੀ ਪਤਾ ਜਾ ਬਿਲਕੁਲ ਨਿਸ਼ਾਨੀ ਮਨ ਤਰਾਏ ਮਨ ਤੇਰਾ ਹੁਕਮ ਸੁਣ ਕੇ ਪੂਰਾ ਕਾਫਲਾ ਰੋਂਦਾ ਹੈ ਜ਼ਾਕਰੀ ਮਨਾਉਣ ਦੀ ਮਜਲਿਸ ਨਹੀਂ ਜਾਬਰ ਦੇ ਜੁਮਲੇ ਮੁਕਿਨ ਹੋਰ ਨਿਸ਼ਾਨੀ ਵੀ ਹੈ ਜਿਸ ਨਿਸ਼ਾਨੀ ਮੈਨੂੰ ਚੋਖਾ ਰੁਵਾਇਆ ਜਲਦੀ ਦੱਸਾ ਮੌਲਾ ਤੇਰਾ ਕਾਨੂੰਨ ਸੁਣਾਇਆ ਬਾਕੀ ਕਾਫਲਾ ਰੋਂਦਾ ਰਿਹਾ ਮੋਰੀ ਮਾਮਲੇ ਚ ਬੀਬੀ ਹੈ ਜਿਹੜੀ ਛੱਡਾ ਸਾਹਿਬ ਆ ਕੇ ਆਦੀ ਸ਼ਾਮ ਚ ਮੈਂ ਟੋਣਾ
ਤੇ ਨਾਲੇ ਮੇਰਾ ਸਰਦਾਰ ਜਿਹੜਾ ਜੁਮਲਾ ਮੈਨੂੰ ਇੱਥੇ ਅਸਰ ਕਰ ਗਿਆ ਹੈ ਅੱਲਾ ਮਲਿਕ ਛੱਡਾ ਸਾਹਿਬ ਰਹਿੰਦੀ ਆਈ ਤੇ ਆਦੀ ਤੇਰੇ ਸਰਦਾਰ ਦੇ ਅਲਕਬਾਬ ਤੋਂ ਲੱਗਦਾ ਹੈ ਬੜੀਆਂ ਉੱਚੀਆਂ ਸ਼ਾਨਾਂ ਵਾਲਾ ਹੈ ਲੇਕਿਨ ਇਹ ਮੁਜਾਵਿਰ ਕਰਬਲਾ ਮੈਂ ਵੀ ਕੋਈ ਮਾਮੂਲੀ ਮਜ਼ਦੂਰ ਨਹੀਂ ਜਦੋਂ ਮੈਂ ਵਸਦੀ ਹਾਂ ਤਾਂ ਤੇਰੇ ਸਰਦਾਰ ਦੇ ਤਾਂ ਮੇਰੇ ਪਾਰੇਦਾਰ ਹਨ ਜਿਨ੍ਹਾਂ ਬੱਤੀਆਂ ਦੀ ਹਾਇ ਨਹੀਂ ਨਿਕਲੀ ਉਸੇ ਵੇਲੇ ਅਲਮਾ ਵਾਲਾ ਖਬਰ ਚ ਬੇਚੈਨ ਹੋਇਆ ਔਰ ਤਰਫ ਕਿਆ ਦੇ ਚਾਬਿਲ ਰੱਬ ਦੇ ਨਾਂ ਤੇ ਦੱਸਾ ਜਿਹੜਾ ਤਲੀ ਵੀ ਦਿੱਤੀ ਇਹਦੀ ਸੋਹਣੀ ਖੈਰਾਤ ਇਹਦੀ ਸੋਹਣੀ ਜਾਬਿਰ ਕਾਨੂੰਨ ਇਸ ਕਾਫਲੇ ਵਾਸਤੇ ਤਬਦੀਲ ਹੋ ਗਿਆ ਅਜ਼ੀਮ ਮਦਖਾਨਾ ਦੀ ਮੌਜੂਦਗੀ ਰਿਸ਼ਤਾ ਦੀ ਕੈਫੀਅਤ ਦਾ ਭੱਟੀ ਸੁਲਤਾਨ ਦਾ ਅਜੀਬ ਜੁਮਲਾ ਹੈ ਉਹਦੇ ਬਾਅਦ ਬਹਿਣ ਇਨਸ਼ਾਅੱਲਾ ਉਸ ਕੈਫੀਅਤ ਸਾਰੇ ਸ਼ਾਨੇ ਹੋਏ ਜਿਹੜਾ ਕਾਨੂੰਨ ਤਬਦੀਲ ਕਰਵਾ ਕੇ ਜਾਬਿਰ ਵਾਲੇ ਕਦਮ ਚਾਹੀਦਾ ਅਜੀਬ ਰਿਸ਼ਤਾ ਦੀ ਕੈਫੀਅਤ ਹੈ ਭੱਟੀ ਸੁਲਤਾਨ ਪੜਦੇ ਹੈ ਕਿ ਕਾਨੂੰਨ ਤਬਦੀਲ ਕਰਵਾ ਕੇ ਜਿਹੜਾ ਜਾਬਿਰ ਵਾਲਾ ਟੁੱਟਦਾ ਹੁੰਦਾ ਹੀ ਨਾ ਗਜ਼ਰ ਪੜਦੇ ਹੈ ਜਾਬਿਰ ਦੇ ਪਹੁੰਚਣ ਤੋਂ ਪਹਿਲੇ ਅਲੀ ਦੀਆਂ ਧੀਆਂ ਮੱਥੀਆਂ ਖੜੀਆਂ ਸ਼ਰਮਾ ਕੇ ਰੋਣ ਦੀ ਤਾਂ ਕੈਫੀਅਤ ਹੀ ਨਹੀਂ ਨਾ ਜਿਤਨੇ ਬੈਠ ਕਰੋ ਮੇਰੀਆਂ ਮਾਂ ਬਹਿਣਾਂ ਹੋਈਆਂ ਆਲੀਆ ਦੇ ਰੁੱਖ ਬਾਕੀ ਜ਼ਿਆਦੇ ਨਾ ਅਦੀ ਵੀ ਉਹ ਨਵੇਂ ਹੁਕਮ ਕੀਤੇ ਆਂਦੇ ਉਹ ਵਕ ਬਲ ਜਾਵੇ ਉਹ ਤਾਂ ਬੇਣੀ ਵਾਲੀ ਹੋ ਜਾਏ ਹੁਣ ਮੈਂ ਲੈ ਪਈਆਂ ਲੱਥੀਏ ਆਲੀਆ ਦੇ ਮਿਜ਼ਾਜ ਆਲੀਆ ਦੀਆਂ ਸੋਚਾਂ ਤੈਨਾਤ ਰੱਖੀਆਂ ਆਦੇ ਭਈਵਾਲ ਤੋਂ ਪਹਿਲੇ 12 ਮਸਤੂਰਾਂ ਨੂੰ ਇਕੱਠਾ ਕਰਕੇ ਕਬਰ ਚੁਣ ਕੇ ਆਦੀਏ ਸ਼ਾਨ ਦੇ ਕੈਦੀਆਂ ਦਾ ਸਲਾਮ ਜਾਬਿਰ ਜੋ ਭੁੱਲ ਗਿਆ ਹੈ ਜਾਬਿਰ ਤਾਂ ਪਹਿਚਾਣੇ ਨਹੀਂ ਤੁਹਾਨੂੰ ਤਾਂ ਪਤਾ ਆਈ ਜੋ ਕਾਨੂੰਨ ਨੌਕਰ ਦੇ ਤੇ ਨਗਰੀ ਫਰੇ ਫਲੋੜੇ ਅੱਜ ਵਰਦੀ ਹੈ ਬੀਬੀ ਨਾ ਵਾ ਬੀਬੀ ਅਜੇ 2 ਵਜੇ ਤੁਲਥੀ ਇਸ ਗੱਲ ਨੂੰ ਤੂੰ ਦਿਲ ਤੇ ਨਾ ਰੱਖ 2 ਵਜੇ ਤੁਲਥੀਆਂ ਸਮਲੇ ਭਾਈ ਆਵਾਜ਼ਾਂ ਦੀ ਕਿਹੜੀ ਕਿਹੜੀ ਬੀਬੀ ਅਜੇ ਤੈਸ ਨਗਰੀ ਚ ਪੈਦਲ ਤੁਰ ਕੇ ਜ਼ਵਾਰੀ ਦੀ ਰਸਮ ਬਣਾਈ ਜੇ ਦੂਜੀ ਵਜੇ ਪੁੱਛਣੀ ਹੈ ਇੱਕ ਲੱਗ ਦਾ ਖਬਰ ਛੋੜ ਤੇਰੇ ਕੱਟੇ ਬਾਲਵਾਂ ਦੀ ਕਸਮ ਹੈ ਹੁਣ ਮੈਂ ਉਹ ਜ਼ੈਨਬ ਨਹੀਂ ਜਿਹੜੀ ਤੁਰ ਨਹੀਂ ਸਕਦੀ ਸੁਣੀ ਰੋਵੇ ਸ਼ੀਆ ਮਾਫੀਆ ਨਾਲ ਖੈਸੀ ਉਹ ਮਾਂ ਉਹ ਜਵਾਨੋ ਸੁਣ ਲੈ ਤੇ ਮਾਤਮ ਆਤੇ ਫਿਰ ਕਿਸਲਾ ਕਰਾ ਇੱਕ ਬਿੜਾ ਨਾ ਗੁਫਤਗੂ ਸੁਣ ਲਈ ਬੋਲੀ ਇਮਰਾਨ ਮੈਂ ਮਾਫੀਆ ਦੇ ਮਾਤਮ ਨਰਨ ਵੇਖਣਾ ਚਾਹਨਾ ਇੱਕ ਫਿਰ ਫੇਰ ਤੇ ਫਿਰਾ ਜ਼ਿਆਦੇ ਉਮੰਦਾ ਉਸ ਨੂੰ ਪਤਾ ਹੁੰਦਾ ਹੈ ਕਿਹੜਾ ਜਲਾਲੀਆਂ ਵਾਲਾ ਹੈ ਕਿਹੜਾ ਸਬਰਾਂ ਵਾਲਾ ਹੈ ਮੈਨੂੰ ਮਿੰਬਰ ਦੀ ਕਸਮ ਹੈ ਅਬਾਸ ਨਾਲ ਲੈ ਜਾ ਹੋ ਰਹੀ ਆਤੇ ਫਿਰਾ ਦੀ ਕਬਰ ਤੇ ਆਈ ਕਬਰ ਤੇ ਛੜ ਗਈ ਕਬਰ ਚੁਣ ਕਿਹੜਾ ਦੀ ਇਹ ਜੀਵੀ ਵਰਾਈਆਂ ਜਿਹੜੇ ਜ਼ੇਵਰ 12 ਬੀਬੀ ਕਰਨੂ 12 ਮੁਹੱਰਮ ਬੀਬੀ ਕਰਨੂ ਜਿਹੜੇ ਜ਼ੇਵਰ ਪਾਠ ਮੇਰੀ ਲਾਸ਼ ਤੁਲਰੀ ਹੋ ਇਹ ਨਿਸ਼ਾਨ ਦੱਸੇ ਦਿਲ ਉਹਨਾਂ ਜ਼ੇਵਰਾਂ ਚੰਗੀ ਸੰਗਤ ਨਿਭਾਈ ਬਜ਼ੁਰਗਾਂ ਦਾ ਮੋਰਸ਼ ਦਾ ਲਫ਼ਜ਼ ਉਸ ਲਈ ਕਬਰ ਚੁੱਕ ਕੇ ਰੋ ਰੋ ਕੇ ਫਿਰਿਆ ਦੀ ਹੈ ਤੇਰੇ ਪਿਆਰ ਦੇ ਜ਼ੇਵਰ ਮਾਦੂਰੀਓ ਲਫ਼ਜ਼ ਪਿਆਰ ਤੇ ਜ਼ੇਵਰ ਹੇਠ ਤੇ ਫਿਰਾ ਦਾ ਪਿਆਰ ਦਾ ਰਿਸ਼ਤਾ ਨਾ
پھر آپ پوچھتے ہیں زیبرا کتنی سنگت نہیں بھائی رو رو کے پوچھ جاتی ہے تے میرے پیار بندہ کوشش ہوتی ہے سامنے کھول کے دکھ بیان کرے تاکہ دل کا بوجھ ہلکا ہو. کیا بات ہے تھوڑی کیفیت سمجھن دی. شبیر پوچھتا ہے علیا ذرا میرے کھل کے شان دی فتا دا حال سن. علی دی دی تیری جرات رو سلام. پھر آپ اس دے شان دے حال سچا دا حق جا پکڑا سن. پھر آپ ہی کمر پہ رکھ دے رو رو کے پیا دیئے پچھے جگڑے والے پتا چلی ہوں ہم آدمی ہو رو رو کے پیا دل پیچھے جس میں شہر خطیب شہر جناب قبلہ شوقہ شوق صاحب اور ذاکر کامران دیے ذکر محمد و آل محمد بیان فرمائیں گے. اسی طرح 3 جون کو بھی سرانہ مجلس آزاد جیتا میں ہوگی جس میں قبلہ علامہ محمد واصف امی صاحب قبلہ سید شاہ صاحب رتواب اور جناب قبلہ شوقہ شوق صاحب